ਸਾਡੇ ਨਾਲ ਯੂਥ ਦੇ ਇੱਕ ਆਗੂ ਜੁੜੇ ਨੇ ਨੌਜਵਾਨ ਵੀਰ, ਉਹਨਾਂ ਨਾਲ ਆਪਾਂ ਗੱਲ ਕਰ ਰਹੇ ਹਾਂ। ਕੀ ਨਾਮ ਹੈ ਵੀਰ ਜੀ? ਮੇਰਾ ਨਾਮ ਮਲਕੀਤ ਸਿੰਘ ਹੈ ਜੀ, ਪਿੰਡ ਥੰਮਣ ਵਾਲਾ, ਤਹਿਸੀਲ ਜ਼ਿਲ੍ਹਾ ਮੋਗਾ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ, ਕਹਿਣ ਨੂੰ ਤਾਂ ਹੁਣ ਗੱਲਾਂ ਤਾਂ ਉਹੀ ਆ ਵਾਰ ਵਾਰ, ਪਰ ਸਿਰਫ ਆਪਾਂ ਮੋਟੀਵੇਟ ਕਰਨਾ, ਕਹਿਣ ਦਾ ਤਰੀਕਾ ਅਲੱਗ ਹੋ ਸਕਦਾ ਵੀ ਜਿਹੜੇ ਵਾਲੇ ਕਾਨੂੰਨ ਪਾਸ ਕੀਤੇ ਆ ਉਹ ਹਰ ਹਾਲ ਦੇ ਵਿੱਚ ਜਿਹੜੇ ਹੈਗੇ ਉਹ ਮਾਰੂ ਘਾਤਕ ਸਿੱਧ ਹੋ ਰਹੇ ਆ, ਅਤੇ ਇਸ ਲਈ ਬੇਨਤੀ ਹੈ ਵੀ ਸਰਕਾਰ ਨੂੰ ਇਹ ਵਾਪਸ ਲਵੇ, ਅਤੇ ਸਾਰੇ ਕਿਸਾਨ ਜਿਹੜੇ ਉਹਦੇ ਵਿਰੋਧ ਦੇ ਵਿੱਚ ਹੀ ਡਟੇ ਹੋਏ ਆ, ਅਤੇ ਸਰਕਾਰ ਨੂੰ ਬੇਨਤੀ ਆ ਵੀ ਵਾਪਸ ਲਵੇ ਤਾਂ ਵਾਪਸ ਉਹਨਾਂ ਨੂੰ ਲੈਣੇ ਪੈਣੇ ਆ, ਉਹਨਾਂ ਚਿਰ ਜਿੰਨਾ ਚਿਰ ਨਹੀਂ ਵਾਪਸ ਲੈਂਦੇ ਉਹ ਸਿਰਫ ਕਿਸਾਨ ਜਿਹੜੇ ਇੱਥੇ ਉਹ ਡਟੇ ਰਹਿਣਗੇ ਜੀ। ਇਹ ਬਾਰਡਰ ਆਪਾਂ ਨਹੀਂ ਖਾਲੀ ਕਰਦੇ ਉਨੀ ਦੇਰ? ਨਾ ਜੀ, ਬਿਲਕੁਲ ਸਵਾਲ ਹੀ ਨਹੀਂ ਪੈਦਾ ਹੁੰਦਾ। ਨਾਲੇ ਜੇ ਇਕੱਲੇ ਕਿਸਾਨਾਂ ਤਾਂ ਹੁਣ ਮੁੱਦਾ ਰਹਿ ਹੀ ਨਹੀਂ ਗਿਆ ਜੀ, ਇਹ ਹਰ ਵਰਗ ਦਾ ਉਹ ਹਰ ਜਿਹੜਾ ਹੈਗਾ ਇਨਸਾਨ ਉਹਦਾ ਬਣ ਗਿਆ, ਔਰ ਜਿਹੜਾ ਮੋਦੀ ਆ ਉਹ ਕਿਸਾਨ ਵਿਰੋਧੀ ਨਹੀਂ, ਉਹ ਇਨਸਾਨ ਵਿਰੋਧੀ ਕਹਿ ਸਕਦੇ ਅਸੀਂ ਜੀ ਹੁਣ। ਅਤੇ ਜਿਹੜਾ ਹੈਗਾ ਇੱਕ ਵਰਲਡ ਦਾ ਜਿਹੜਾ ਲੈਵਲ ਹੈ, ਜਿਹੜਾ ਨੈਸ਼ਨਲ ਜਿਹੜਾ ਮੂਵਮੈਂਟ ਬਣ ਚੁੱਕੀ ਆ, ਇੱਕ ਵਰਲਡ ਦਾ ਜਿਹੜਾ ਹੈਗਾ ਵਿਸ਼ਵ ਦਾ ਅੰਦੋਲਨ ਬਣ ਚੁੱਕਿਆ, ਔਰ ਇਹਨੂੰ ਜਿਹੜਾ ਹੈਗਾ ਉਹ ਉਨਾ ਚਿਰ ਅਸੀਂ ਪਿੱਛੇ ਨਹੀਂ ਹਟਣਾ ਜਿੰਨਾ ਚਿਰ ਜਿਹੜੇ ਕਾਨੂੰਨ ਵਾਪਸ ਨਹੀਂ ਕੀਤੇ ਜਾਂਦੇ। ਇੱਕ ਸਟੋਪ ਕਰ ਦਿਓ ਮਾੜਾ ਜਿਹਾ, ਚਲੋ। ਹਾਂਜੀ, ਇੱਕ ਹੋਰ ਇੱਕ ਜ਼ਰੂਰੀ ਬੇਨਤੀ ਆ, ਜਿਹੜੀ ਜ਼ਰੂਰੀ ਗੱਲ ਆ, ਆਪਣੇ ਸਾਰੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆ, ਔਰ ਇਹ ਚੋਣ ਕਮਿਸ਼ਨ, ਮੈਂ ਕੋਰਟ ਤੱਕ ਵੀ ਇਹ ਗੱਲ ਪਹੁੰਚਾਉਣਾ ਚਾਹੁੰਦਾ ਕਿ ਜਿਹੜੀ EVM ਹੈ ਉਹ ਜਿਹੜੀ ਆ ਉਹ ਜਿਹੜੇ ਵਰਲਡ ਦੇ ਡਿਵੈਲਪਮੈਂਟ ਕੰਟਰੀਜ਼ ਆ ਜਿਵੇਂ ਅਮੈਰੀਕਾ ਵਰਗੀਆਂ ਕੰਟਰੀਆਂ, ਉੱਥੇ ਉਹ ਫਲਾਪ ਹੋ ਕੇ ਬੈਨ ਕਰ ਦਿੱਤੀ ਉਹਨਾਂ ਨੇ, ਉੱਥੇ ਬੈਲਟ ਪੇਪਰਾਂ ਨਾਲ ਵੋਟਾਂ ਹੁੰਦੀਆਂ, ਇਸ ਲਈ ਉੱਥੇ ਇੱਕ ਹਫ਼ਤਾ ਗਿਣਤੀ ਹੁੰਦੀ ਆ। ਸਾਡੇ ਮੁਲਕ ਦੇ ਵਿੱਚ ਕੀ ਆ ਕਿ ਵੋਟਾਂ ਪਈਆਂ, 4 ਘੰਟੇ ਬਾਅਦ ਰਿਜ਼ਲਟ ਆ ਜਾਂਦਾ, ਉਹਦੇ ਵਿੱਚ ਜਿਹੜਾ ਘਪਲਾ ਹੋਇਆ ਉਹ ਹੈਂਗ ਹੋ ਰਹੀਆਂ, ਕਿਉਂਕਿ ਕੋਈ ਵੀ ਇਲੈਕਟ੍ਰੋਨਿਕ ਚੀਜ਼ ਆ ਉਹਦੇ ਵਿੱਚ ਹੈਂਗ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ, ਕੰਪਿਊਟਰਾਈਜ਼ ਸਿਸਟਮ ਹੈ। ਇਸ ਲਈ ਬੇਨਤੀ ਚੋਣ ਕਮਿਸ਼ਨ ਨੂੰ ਔਰ ਕੋਰਟ ਨੂੰ ਆ, ਲੋਕਾਂ ਨੂੰ ਹੈ ਕਿ ਇਹ ਜਿਹੜੀ ਹੈਗੀ ਆ EVM ਤੋਂ ਬੰਦ ਹੋ ਕੇ ਜਿਹੜੀਆਂ ਹੈਗੀਆਂ ਬੈਲਟ ਪੇਪਰ 'ਤੇ ਵੋਟਾਂ ਪੈਣੀਆਂ ਚਾਹੀਦੀਆਂ, ਤਾਂ ਹੀ ਜਿਹੜਾ ਹੈਗਾ ਬਦਲਾਵ ਆ, ਅਸਲ ਡੈਮੋਕ੍ਰੇਸੀ ਜਿਹੜੀ ਆ ਤਾਂ ਹੀ ਬਹਾਲ ਹੋਊਗੀ। ਔਰ ਇੱਕ ਨਾਲੇ ਮੈਂ ਗੱਲ ਕਰ, ਜਿਹੜੇ ਕਾਨੂੰਨ ਹੈ ਇਹ ਵੀ ਪਹਿਲਾਂ ਫੋਰਨ ਕੰਟਰੀਆਂ ਦੇ ਵਿੱਚ ਲਾਗੂ ਹੋਏ ਸੀ, ਉੱਥੋਂ ਦੇ ਜਿਹੜੇ ਹੈਗੇ ਆ ਮਾਰੂ ਸਿੱਟੇ ਸਾਬਤ ਨੇ ਹੋਏ, ਉਹਦੇ ਕਿਸਾਨ ਫੇਲ ਹੋ ਗਿਆ ਤਾਂ ਉਹਨਾਂ ਨੇ ਉੱਥੇ ਉਹ ਵਾਪਸ ਲੈ ਕੇ ਰੱਦ ਕਰਤੇ, ਔਰ ਇਸ ਲਈ ਅਸੀਂ ਚੰਗੀ ਚੀਜ਼ ਗੇਨ ਕਰਨੀ ਹੈ ਨਾ ਕਿ ਮਾੜੀ। ਔਰ ਇੱਕ ਤਾਂ ਇਹ ਕਾਨੂੰਨ ਰੱਦ ਹੋਣ, ਅਤੇ EVM ਦੇ ਨਾਲ ਵੋਟਾਂ ਨਹੀਂ, ਵੋਟਾਂ ਬੈਲਟ ਪੇਪਰਾਂ 'ਤੇ ਪੈਣੀਆਂ ਚਾਹੀਦੀਆਂ। ਧੰਨਵਾਦ ਜੀ। ਵੀਰ ਜੀ ਨੇ ਕਿਹਾ ਵੀ EVM ਜਿਹੜੀ ਮਸ਼ੀਨ ਹੈ ਉਹ ਹੈਂਗ ਹੋ ਜਾਂਦੀਆਂ, ਅਤੇ ਜਿਹੜੀ ਵੋਟਿੰਗ ਆ ਉਹ ਬੈਲਟ ਪੇਪਰ 'ਤੇ ਹੋਣੀ ਚਾਹੀਦੀ ਆ, ਇਸ ਕਰਕੇ ਅਸੀਂ ਵੀ ਅਪੀਲ ਕਰਾਂਗੇ ਸਰਕਾਰਾਂ ਨੂੰ ਵੀ ਕਿਸਾਨਾਂ ਦੀ ਜਿਹੜੀ ਆਵਾਜ਼ ਆ ਇਹ ਜ਼ਰੂਰ ਆਪਾਂ ਨੂੰ ਸੁਣਨੀ ਚਾਹੀਦੀ, ਕਿਉਂਕਿ ਕੋਈ ਵੀ ਸਰਕਾਰ ਆ ਪਬਲਿਕ ਦੇ ਨਾਲ ਹੀ ਹੁੰਦੀ ਹੈ, ਜੇ ਪਬਲਿਕ ਦੀ ਆਪਾਂ ਨਹੀਂ ਸੁਣਦੇ ਤਾਂ ਸਰਕਾਰਾਂ ਨੂੰ ਬੜੀ ਦਿੱਕਤ ਆਉਂਦੀ ਹੈ, ਅਤੇ ਸਰਕਾਰਾਂ ਗਿਰ ਵੀ ਜਾਂਦੀਆਂ, ਕਿਉਂਕਿ ਪਬਲਿਕ ਨੇ ਹੀ ਸਰਕਾਰਾਂ ਜਿਹੜੀਆਂ ਬਣਾਉਣੀਆਂ ਅਤੇ ਪਬਲਿਕ ਨੇ ਹੀ ਸਰਕਾਰਾਂ ਚੇਂਜ ਕਰਨੀਆਂ। ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਇਹਨਾਂ ਕਿਸਾਨਾਂ ਦਾ ਜਿਹੜਾ ਅੰਦੋਲਨ ਆ 1 ਮਹੀਨੇ ਤੋਂ ਉੱਪਰ ਹੋ ਚੁੱਕੇ ਆ, ਕਿਉਂਕਿ ਠੰਡ ਬਹੁਤ ਜ਼ੋਰਾਂ 'ਤੇ ਇਸ ਟਾਈਮ, ਅਤੇ ਅਗਲਾ ਮਹੀਨਾ ਵੀ ਪੂਰਾ ਠੰਡ ਦਾ ਹੈਗਾ, ਅਤੇ ਇਹ ਤਾਂ 26 ਜਨਵਰੀ ਤੋਂ ਪਹਿਲਾਂ ਜਿਹੜੇ ਆਪਣੇ ਇਹ ਹੱਕ ਆ ਇਹਨਾਂ ਨੂੰ ਮਿਲ ਕੇ ਅਤੇ 26 ਜਨਵਰੀ ਆਪਣੇ ਘਰ ਮਨਾਉਣ, ਅਤੇ ਅਸੀਂ ਉਮੀਦ ਕਰਦੇ ਹਾਂ ਸਰਕਾਰਾਂ ਤੋਂ ਵੀ ਇਹ ਗੱਲਾਂ ਜਿਹੜੀਆਂ ਕਿਸਾਨਾਂ ਦੀਆਂ ਇਹਨਾਂ ਉੱਪਰ ਜ਼ਰੂਰ ਗੌਰ ਕੀਤੀ ਜਾਵੇ।